ਸੋਸ਼ਲ ਮੀਡੀਆ ਦੇ ਮਾਧਮ ਰਾਹੀਂ ਜੁੜੇ ਹੋਏ ਸਾਰੇ ਹੀ ਸਰੋਤਿਆਂ ਨੂੰ ਮੇਰੇ ਤੇ ਮੇਰੀ ਟੀਮ ਵੱਲੋਂ ਆਪੇ ਸੱਚੀ ਗੱਲ ਦੀ ਸੌਤਾ ਤੁਹਾਡਾ ਸਾਰਿਆਂ ਦਾ ਦੋ ਤਜ ਦੀ ਖਾਸ ਅਪਡੇਟ ਉਹਨਾਂ ਉਦਾਰਥੀਆਂ ਲਈ ਹੈਗੀ ਆ ਜਿਹੜੇ ਸਟੂਡੈਂਟ ਆਸਟ੍ਰੇਲੀਆ ਆਪਣਾ ਸਟੱਡੀ ਵੀ ਅਪਲਾਈ ਕਰਨਾ ਚਾਹੁੰਦੇ ਹੈਗੇ ਆ ਠੀਕ ਹੈ ਉਹ ਆਪਣੀ ਬਾਰਡਰ ਖੁੱਲਣ ਦੀ ਪਹਿਲਾਂ ਵੇਟ ਕਰ ਰਿਏ ਸੀਗੇ ਬਟ ਹੁਣ ਆਸਟ੍ਰੇਲੀਆ ਨੇ ਸਾਰੇ ਜਿਹੜੇ ਹੈਗੇ ਬਾਰਡਰ ਓਪਨ ਕਰ ਦਿੱਤੇ ਹੈਗੇ ਆ ਵੀਜ਼ਾ ਪ੍ਰੋਸੈਸ ਸਟਾਰਟ ਕਰ ਦਿੱਤਾ ਹੈਗਾ ਵੀਜ਼ੇ ਉਹਨੇ ਸਟਾਰਟ ਹੋ ਚੁੱਕੇ ਆ ਹੁਣ ਤੁਹਾਨੂੰ ਬਿਨਾਂ ਕਿਸੇ ਦੇਰੀ ਕੀਤੇ ਹੋਏ ਆਪਣਾ ਜਿਹੜਾ ਆਸਟ੍ਰੇਲੀਆ ਸਟੱਡੀ ਵੀ ਅ ਗੁੱਡ ਨਿਊਜ਼ ਆ ਰਹੀਆਂ ਨੇ ਅ ਕੱਲ ਥੋੜੇ ਦਿਨ ਪਹਿਲਾਂ ਵੀ ਇੱਕ ਗੁੱਡ ਨਿਊਜ਼ ਆਈ ਸੀਗੀ ਅੱਜ ਇੱਕ ਹੋਰ ਅਪਡੇਟ ਦਿੱਤੀ ਗਈ ਆ ਆਸਟ੍ਰੇਲੀਆ ਮਿਨਿਸਟਰ ਵੱਲੋਂ ਉਹ ਅਪਡੇਟ ਤੁਹਾਡੇ ਨਾਲ ਸ਼ੇਅਰ ਕਰੂੰਗਾ ਕਿਉਂਕਿ ਮੇਜਰ ਅਪਡੇਟ ਜਿਹੜੀਆਂ ਹੈਗੀਆਂ ਆਸਟ੍ਰੇਲੀਆ ਵੱਲ ਆ ਰਹੀਆਂ ਨੇ ਉਹਨਾਂ ਨੂੰ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਹਰੀ ਝੰਡੀ ਦੇ ਦਿੱਤੀ ਹੈ ਠੀਕ ਹੈ ਹੁਣ ਕੋਈ ਵੀ ਵਿਦਿਆਰਥੀ ਜਿਹੜਾ ਹੈਗਾ ਆਪਣਾ ਆਸਟ੍ਰੇਲੀਆ ਸਟੂਡੈਂਟ ਵੀਆ ਪ੍ਰਾਪਤ ਕਰ ਸਕਦਾ ਜਿਨ੍ਹਾਂ ਨੇ ਆਪਣੀ ਪਲੱਸ 2 ਕੀਤੀ ਹੋਈ ਆ ਗ੍ਰੈਜੂਏਸ਼ਨ ਕੀਤੀ ਹੋਈ ਆ ਜャ ਸਟੱਡੀਜ਼ ਗੈਪ ਜਿਆਦਾ ਨਹੀਂ ਹੈਗਾ ਉਹ ਵਿਦਿਆਰਥੀ ਆਪਣਾ ਬਹੁਤ ਹੀ ਈ ਤੇ ਆਸਟ੍ਰੇਲੀਆ ਜਾ ਕੇ ਆਪਣੀ ਸਟੱਡੀ ਕਰ ਸਕਦੇ ਆ ਦੋ ਜਿਹੜੀ ਮੇਜਰ ਅਪਡੇਟ ਜਿਹੜੀ ਹੈਗੀ ਆ ਹੁਣ ਤੱਕ ਦੀ ਮੈਂ ਤੁਹਾਨੂੰ ਲੋ ਸ਼ੇਅਰ ਕਰੂੰਗਾ ਫਸਟ ਮੇਜਰ ਅਪਡੇਟ ਇਹ ਸੀਗੀ ਕਿ ਜਿਹੜਾ ਹੈਗਾ ਅਨਲਿमिटेड ਵਰਕ ਕਰਨ ਦੀ ਪਰਮਿਸ਼ਨ ਦੇ ਦਿੱਤੀ ਗਈ ਹੈ ਆ ਆਸਟ੍ਰੇਲੀਆ ਵੱਲੋਂ ਜਿਹੜੇ ਸਟੂਡੈਂਟਸ ਨੂੰ ਪਹਿਲਾਂ 20 ਆਵਰਸ ਮਿਲਦੇ ਸੀਗੇ ਆਪਣੇ ਕੰਮ ਕਰਨ ਵਾਸਤੇ ਠੀਕ ਹੈ ਇਹ ਲਿਮਟ ਹਟਾ ਕੇ ਜਿਹੜੇ ਹੈਗਾ ਨੂੰ ਖੁੱਲਾ ਜਿੰਨਾ ਮਰਜ਼ੀ ਕੰਮ ਕਰ ਸਕਦੇ ਸਟੂਡੈਂਟ ਠੀਕ ਹੈ 40 ਆਵਰ ਜਿਹੜੇ ਹੈਗੇ ਆ ਪਰ ਵੀਕ ਦੇ ਕਰ ਦਿੱਤੇ ਆ ਆਸਟ੍ਰੇਲੀਆ ਵੱਲੋਂ ਹਨ ਉਹਦੇ ਆਤੀ ਆਪਣਾ ਜਿਹੜਾ ਹੈਗਾ इजीली ਆਪਣਾ ਵਰਕ ਕਰਕੇ ਆਪਣੇ ਹੈਗੇ ਜਿਹੜੀ ਆਪਣੀ ਕੋਸਟ ਹੈਗੀ ਹੈ ਸਟੱਡੀ ਦੀ ਠੀਕ ਹੈ ਉਹ ਆਪਾਂ इजीली ਪਰ ਸਾਡੇ ਫੀਸਿਸ ਵਗੈਰਾ ਪੇ ਕਰ ਸਕਦੇ ਹੈਗੇ ਆ ਠੀਕ ਹੈ ਕਿ ਬਹੁਤ ਵਧੀਆ ਅਪਡੇਟ ਹੈਗੀ ਕਿਉਂਕਿ ਪਹਿਲਾਂ ਜਿਹੜੇ ਹੈਗੇ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਆਪਣਾ ਵੀਕੈਂਡ ਹੈ ਠੀਕ ਹੈ 1 ਜਿਹੜੇ ਦਿਨ ਦੇ ਹੁੰਦੇ ਸੀਗੇ ਕੰਮ ਕਰਨ ਵਾਸਤੇ ਠੀਕ ਹੈ ਉਹ ਲਿਮਟ ਹਟਾ ਦਿੱਤੀ ਗਈ ਹੈਗੀ ਆ ਉਹਨੂੰ ਇਨਕਰੀਜ ਕਰ ਦਿੱਤਾ ਗਿਆ ਹੈਗਾ ਹੁਣ ਸਟੂਡੈਂਟ ਆਪਣੇ इजीली ਵਰਕ ਕਰਕੇ ਆਪਣੇ ਹੈਗੇ ਪੂਰੀ ਫੀਸ ਵਗੈਰਾ ਕਾਲਜ ਦੀ ਯੂਨੀਵਰਸਿਟੀ इजीली ਪੇ ਕਰ ਸਕਦੇ ਹੈਗੇ ਠੀਕ ਹੈ ਜਿਹੜੀ ਲਿਮਟ ਸੀਗੀ ਵਰਕ ਦੀ ਉਹ ਹਟਾ ਦਿੱਤੀ ਗਈ ਹੈਗੀ ਆ ਦੋਤੋ ਸੈਕੰਡ ਜਿਹੜੀ ਆਪਸ਼ਨ ਹੈਗੀ ਆ ਵਿਦਿਆਰਥੀਆਂ ਵਾਸਤੇ ਉਹ ਹੈਗੀ ਆ ਜਿੰਨਾ ਸਟੂਡੈਂਟਸ ਨੇ ਆਪਣਾ ਹੁਣ ਆਪਣਾ ਵੀਜ਼ਾ ਅਪਲਾਈ ਕਰਨਾ ਹੈਗਾ ਸਟਡੀ ਸਟਡੀ ਵੀਜ਼ਾ ਦਾ ਠੀਕ ਹੈ ਉਹ ਆਪਣੀ ਕੈਟਾਗਰੀ ਹੈਗੀ ਆ ਆਪਣੀ 500 ਵਿੱਚ ਅਪਲਾਈ ਕਰਨਗੇ ਉਨ੍ਹਾਂ ਦੀ ਇਮੀਗ੍ਰੇਸ਼ਨ ਦੀ ਫੀਸ ਲੱਗਦੀ ਸੀ ਕਿ 6 630 ਡਾਲਰ ਆਸਟ੍ਰੇਲੀਆ ਦੇ ਉਹ ਹੁਣ ਉਹਨਾਂ ਵੱਲੋਂ ਜਿਹੜੀ ਹੈਗੀ ਰੀਫੰਡ ਕੀਤੀ ਜਾਊਗੀ ਆਸਟ੍ਰੇਲੀਆ ਦੇ ਮਿਨਿਸਟਰ ਵੱਲੋਂ ਬਿਆਨ ਦਿੱਤਾ ਗਿਆ ਹੈਗਾ ਜਿਹੜੇ ਸਟੂਡੈਂਟ ਆਪਣਾ ਵੀਜ਼ਾ ਲੈ ਕੇ ਆਸਟ੍ਰੇਲੀਆ ਪਹੁੰਚਣਗੇ ਆਸਟ੍ਰੇਲੀਆ ਦੇ ਧਰਤੀ ਦੇ ਪਹੁੰਚਣਗੇ ਉਹਨਾਂ ਨੂੰ 630 ਡਾਲਰ ਜਿਹੜਾ ਹੈਗਾ ਰੀਫੰਡ ਕੀਤੇ ਜਾਣਗੇ ਬੈਸੀ ਫੀਸ ਦੇ ਵਿੱਚੋਂ ਠੀਕ ਹੈ ਇੱਕ ਵਾਰੀ ਆਪਣੀ ਫੀਸ ਭਰਨੀ ਪਊਗੀ ਤੇ ਇਹ ਮਾਫ ਕਰ ਦਿੱਤੇਗੀ ਉਹਨਾਂ ਉਰਧਾਰਥੀਆਂ ਲਈ ਕਿਉਂਕਿ ਲੇਬਰ ਦੀ ਬਹੁਤ ਜ਼ਿਆਦਾ ਘਾਟ ਹੋ ਚੁੱਕੀ ਹੈ ਆਸਟ੍ਰੇਲੀਆ ਦੇ ਵਿੱਚ ਕਿ ਤਾਂ ਕਰਕੇ ਜਿਹੜੀਆਂ ਵੱਡੀਆਂ ਅਪਡੇਟਸ ਸਟੇਬਲ ਆ ਰਹੀਆਂ ਨੇ ਤੇ ਵੀ ਤਾਂ ਕਿ ਜਲਦੋਂ ਜਲਦ ਜਿਹੜੇ ਹੈਗੇ ਵਿਦਿਆਰਥੀ ਕਿਸੇ ਹੋਰ ਕੰਟਰੀ ਨੂੰ ਹੋ ਰਹੇ ਸੀਗੇ ਉਹ ਹੁਣ ਅਸਟੇਬਲ ਰੁਕ ਕਰ ਜਾਣਗੇ ਤੇ ਕਿਉਂਕਿ ਜਿਹੜੇ ਵੱਡੀਆਂ ਮੇਜਰ ਅਪਡੇਟ ਹੈਗੀਆਂ ਵਰਕ ਦੀ ਵਰਕ ਲਿਮਿਟੇਸ਼ਨ ਜਿਹੜੀ ਹੈਗੀ ਆ ਉਹਦੀ ਅਪਡੇਟ ਵੱਡੀ ਆਈ ਸੀਗੀ ਉਹ ਤਾਂ ਸ਼ੇਅਰ ਕੀਤੀ ਆ ਸੈਕੰਡ ਆਪਸ਼ਨ ਇਹ ਇਹੀ ਸੀ ਕਿ ਐਮਬੈਸੀ ਵੀ ਨੰਬਰ ਨੂੰ ਲੈਸ ਕਰ ਦਿੱਤੀ ਗਈ ਹੈਗੀ ਆ ਅਰਲੀ 630 ਡਾਲਰ ਆਪਾਂ ਪਹਿਲਾਂ ਪੇ ਕਰਨੇ ਪੈਂਦੇ ਸੀ ਕਿ ਐਮਬੈਸੀ ਫੀਸ ਦੇ ਉਹ ਤੁਹਾਨੂੰ ਕਰੇ ਆਪਣੇ ਜੇਬ ਚ ਪੇ ਕਰਨੇ ਪੈਣਗੇ ਬਟ ਉੱਥੇ ਜਾ ਕੇ ਤੁਹਾਨੂੰ ਦੇਗੇ ਰੀਫੰਡ ਕਿਤੇ ਜਾਣਗੇ 630 ਡਾਲਰ ਇਹ ਬਹੁਤ ਹੀ ਵਧੀਆ ਅਪਡੇਟ ਹੈਗੀ ਆ ਅਜੇ ਤੱਕ ਕਿਸੇ ਵੀ ਕੰਟਰੀ ਵੱਲੋਂ ਇਹ ਅਪਡੇਟ ਨਹੀਂ ਕੀਤੀ ਗਈ ਸੀ ਕਿ ਐਮਬੈਸੀ ਫੀਸ ਲੈਸ ਵਾਲੀ ਕੈਟਾਗਰੀ ਠੀਕ ਹੈ ਸਿਰਫ ਅਸਰੀਆ ਹੀ ਹੋ ਗਿਆ ਜਿਨੇ 630 ਡਾਲਰ ਦੇ ਹੈਗਾ ਰੀਫੰਡ ਕੀਤਾ ਜਾਣ ਜਾਣਾ ਹੈਗਾ ਵਿਦਿਆਰਥੀਆਂ ਨੂੰ ਸੋ ਦੋਸਤੋ ਵਧੀਆ ਟਾਈਮ ਹੈਗਾ ਰਾਈਟ ਟਾਈਮ ਹੈਗਾ ਆਪਣਾ ਅਸਰੀਆ ਦਾ ਸਟੱਡੀ ਵੀਆ ਪ੍ਰਾਪਤ ਕਰਨ ਲਈ ਤੁਸੀਂ ਆਪਣਾ ਆਪਣੀ ਪ੍ਰੋਫਾਈਲ ਸਾਡੇ ਤੋਂ ਚੈੱਕ ਕਰਵਾ ਸਕਦੇ ਹੋ ਆਪਣੀ ਵੀਜ਼ਾ ਅਪ ਇਹ ਰਿਹਾ ਹੈਗਾ ਬਹੁਤ ਵਧੀਆ ਅਪਡੇਟ ਸਟੇਵਲ ਵਾਰੀਆਂ ਨਹੀਂ ਦਿਨ ਬਦਨ ਠੀਕ ਹੈ ਅੱਗੇ ਹੋ ਸਕਦਾ ਕੋਈ ਹੋਰ ਐਲਾਨ ਹੋ ਜਾਣ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਜ਼ਿਆਦਾ ਦੇਰੀ ਨਹੀਂ ਕਰਨੀ ਚਾਹੀਦੀ ਠੀਕ ਹੈ ਪਹਿਲਾਂ ਅਸ਼ਰੀਆ ਦਾ ਬਾਰਡਰ ਬੰਦ ਹੋਣ ਕਰਕੇ ਜਿਹੜਾ ਹੈਗਾ ਲੇਬਰ ਦੀ ਬਹੁਤ ਘਾਟ ਹੋ ਚੁੱਕੀ ਆ ਅਸ਼ਰੀਆ ਦੇ ਵਿੱਚ ਕਿਉਂਕਿ ਕੋਈ ਵੀਜਾ ਵਾਲੇ ਜਿਹੜੇ ਕੈਟਾਗਰੀ ਉੱਥੇ ਵਿਜ਼ਟਰ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਨਹੀਂ ਤੇ ਨਹੀਂ ਪਹੁੰਚਿਆ ਅਸ਼ਰੀਆ ਠੀਕ ਹੈ ਇਸ ਕਰਕੇ ਦਾ ਹੈਗਾ ਉਹਨਾਂ ਨੇ ਆਪਣੇ ਦਿਨ ਬਦਨ ਨਵਤਨ ਐਲਾਨ ਕਰ ਰਹੇ ਹੈਗੇ ਆ ਡੇ ਬਾਏ ਡੇ ਤੁਸੀਂ ਆਪਣੀ ਫਾਈਲ ਅਪਲਾਈ ਕਰ ਸਕਦੇ ਹੋ ਆਪਣੀ ਫਾਈਲ ਸੈਸ ਕਰਵਾ ਸਕਦੇ ਹੋ ਤੁਸੀਂ ਫਿਰ ਆਪਣੇ ਸਟੂਡੈਂਟ ਵੀਆ ਪ੍ਰਾਪਤ ਕਰਨ ਵਾਸਤੇ ਤੁਸੀਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ ਜਾਂ ਤੁਹਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਡਾਕੂਮੈਂਟ ਸੈਂਡ ਕਰ ਸਕਦੇ ਹੋ ਤੁਹਾਡੀ ਫਾਈਲ ਅਸੈਸ ਕੀਤੀ ਜਾਊਗੀ ਉਸ ਤੋਂ ਬਾਅਦ ਤੁਸੀਂ ਆਪਣੀ ਕਿਤੇ ਵੀ ਆਪਣਾ ਵੀਆ ਅਪਲਾਈ ਕਰ ਸਕਦੇ ਹੋ ਦੋ ਤੱਕ ਵਧੀਆ ਹੁੰਦਾ ਟਾਈਮ ਹੈਗਾ ਜੇ ਤੁਸੀਂ ਹੁਣ ਅਪਲਾਈ ਕਰਕੇ ਚੱਲੋਗੇ ਕਿਉਂਕਿ ਇੱਕਦਮ ਅਸਲੀਆ ਨੂੰ ਰਸ਼ਵਤ ਜਣਾ ਹੈਗਾ ਸਟੂਡੈਂਟਸ ਨੂੰ ਦੀ ਫਾਈਲ ਜਿਆਦਾ ਲੱਗਣੀ ਲੱਗ ਜਾਣੀ ਹੈਗੀਆਂ ਫਿਰ ਜੀ ਆਫਰ ਲੈਟਰ ਵੀ ਹੈਗਾ ਤੁਹਾਨੂੰ ਲੇਟ ਪ੍ਰਾਪਤ ਹੁੰਦੀਆਂ ਨੇ ਸਟੂਡੈਂਟਸ ਨੂੰ ਰਿਸੀਵ ਹੁੰਦੀਆਂ ਹੈਗੀਆਂ ਤੇ ਵੀ ਜਾਂ ਵੀ ਜਿਹੜਾ ਲੇਟ ਪ੍ਰਾਪਤ ਹੁੰਦਾ ਸੋ ਦੋਸਤੋ ਵਧੀਆ ਰਾਈਟ ਟਾਈਮ ਹੈਗਾ ਹੁਣ ਸਟਾਰਟਿੰਗ ਵੀਜ ਵਧੀਆ ਹੋਣਗੇ ਤੁਸੀਂ ਆਪਣੇ ਫਾਈਲ ਅਪਲਾਈ ਕਰ ਸਕਦੇ ਹੋ ਠੀਕ ਹੈ ਵੀਜਾ ਪ੍ਰਾਪਤ ਕਰਕੇ ਆਪਣਾ ਸੁਪਨਾ ਸਕਾਰ ਕਰ ਸਕਦੇ ਹੋ ਵਿਦੇਸ਼ ਸਟਡੀ ਕਰਨ ਦਾ ਕਿਉਂਕਿ ਸਟਡੀ ਦੇ ਵਿੱਚ ਹੈਗਾ ਬੱਚੇ ਦਾ ਲਾਈਫ ਸਟਾਈਲ ਈਜ਼ੀ ਹੈਗਾ ਬੱਚੇ ਸਰਵਾਈਵ ਵਧੀਆ ਕਰ ਸਕਦੇ ਹੈਗੇ ਆ ਕਿਉਂਕਿ ਫੀਸ ਤਾਂ ਜਿਹੜੀ ਆਪਣੇ ਹੈਗਾ ਜ ਲੇਬਰ ਕਰਕੇ ਜਿਹੜਾ ਹੈਗਾ ਆਪਣੇ ਕੰਮ ਕਰਕੇ ਵਰਕ ਕਰਕੇ ਤੁਸੀਂ ਆਪਣੀ ਫੀਸ इजीली ਕੱਟ ਸਕਦੇ ਹੋ ਆਪਣੀ ਫੀਸ ਪੇ ਕਰ ਸਕਦੇ ਹੋ ਦੋਤੋ ਜੇਕਰ ਤੁਸੀਂ ਕਿਸੇ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਸਾਡੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਤਾਂ ਸਾਡੇ ਆਫਿਸ ਵਿਵਿਟ ਕਰ ਸਕਦੇ ਹੋ ਤੁਹਾਨੂੰ ਹਰ ਪ੍ਰਕਾਰ ਦੀ ਇਨਫੋਰਮੇਸ਼ਨ ਦਿੱਤੀ ਜਾਊਗੀ ਧੰਨਵਾਦ ਜੀ